ਅਮਰਿੰਦਰਜੀਤ ਚੁੱਕੇ ਧਿਆਨ ਨਾਲ, ਇਹਦੇ ਬੜ ਪੁੱਟ ਦੇਣ ਲੱਗੇ ਕਿਤੇ ਕਿੰਨੀ ਵਾਰ ਆਇਆ ਬਾਈ? ਵੈਰੀ ਗੁੱਡ ਹਰਜੀਤ, ਬਹੁਤ ਵਧੀਆ। ਸੁਖਜੀਤ ਬਹੁਤ ਵਧੀਆ ਬਈ। ਨਸ਼ਾ ਤਸਕਰਾਂ ਦੇ ਵੱਲੋਂ ਨਸ਼ਾ ਤਸਕਰੀ ਦੇ ਲਈ ਹੁਣ ਨਵਾਂ ਤਰੀਕਾ ਲੱਭ ਲਿਆ ਗਿਆ। ਦੱਸਦੀਏ ਕਿ ਇੱਕ ਹੋਸ਼ ਉਡਾਉਂਦੀ ਵੀਡੀਓ ਸਾਹਮਣੇ ਆਈ ਹੈ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਤਸਕਰ ਨੂੰ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਇਸ ਨਸ਼ਾ ਤਸਕਰ ਦੇ ਕੋਲੋਂ 2 ਕਿਲੋ ਅਫੀਮ ਬਰਾਮਦ ਕੀਤੀ ਗਈ ਹੈ ਅਤੇ ਜਦੋਂ ਇਸਦੇ ਕੋਲੋਂ ਤਲਾਸ਼ੀ ਲਈ ਗਈ ਤਾਂ ਕਿਹਾ ਜਾ ਰਿਹਾ ਕਿ ਇਸਨੇ ਆਪਣੀ ਲੱਤਾਂ ਦੇ ਉੱਤੇ ਟੇਪ ਦੀ ਮਦਦ ਦੇ ਨਾਲ 1 ਕਿਲੋ ਅਫੀਮ ਇੱਕ ਲੱਤ 'ਤੇ ਅਤੇ 1 ਕਿਲੋ ਅਫੀਮ ਦੂਸਰੀ ਲੱਤ ਦੇ ਉੱਤੇ ਬੰਨੀ ਹੋਈ ਸੀ। ਕੁੱਲ 2 ਕਿਲੋ ਅਫੀਮ ਇਸਦੇ ਕੋਲੋਂ ਬਰਾਮਦ ਹੋਈ ਹੈ ਅਤੇ ਇਸ ਦੌਰਾਨ ਅਫੀਮ ਨੂੰ ਜਦੋਂ ਲੱਤਾਂ ਤੋਂ ਉਤਾਰਿਆ ਗਿਆ ਤਾਂ ਉਸਦੀ ਵੀ ਵੀਡੀਓ ਹੁਣ ਸਾਹਮਣੇ ਆਈ ਹੈ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਟੇਪ ਨੂੰ ਜੋ ਲੱਤਾਂ ਦੇ ਉੱਤੇ ਲਪੇਟੀ ਹੋਈ ਸੀ, ਕਿਹਾ ਜਾ ਰਿਹਾ ਕਿ ਇਸ ਟੇਪ ਦੇ ਅੰਦਰ 1 ਕਿਲੋ ਅਫੀਮ ਲੁਕੋਈ ਹੋਈ ਸੀ ਇੱਕ ਲੱਤ 'ਤੇ ਅਤੇ ਦੂਸਰੀ 'ਤੇ ਵੀ 1 ਕਿਲੋ ਅਫੀਮ ਲੁਕੋਈ ਹੋਈ ਸੀ ਅਤੇ ਉਸ ਟੇਪ ਨੂੰ ਹੁਣ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕੱਟਿਆ ਗਿਆ ਅਤੇ ਉਸ ਤੋਂ ਬਾਅਦ ਦੇ ਵਿੱਚ ਅਫੀਮ ਨੂੰ ਬਰਾਮਦ ਕੀਤਾ ਗਿਆ। ਤਾਂ ਖਬਰ ਖੰਨਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਸ਼ਖਸ ਬੱਸ ਦੇ ਵਿੱਚੋਂ ਉਤਰਦਾ, ਸਾਹਮਣੇ ਹੀ ਪੁਲਿਸ ਦਾ ਨਾਕਾ ਹੁੰਦਾ ਅਤੇ ਪੁਲਿਸ ਦੇ ਨਾਕੇ ਨੂੰ ਦੇਖ ਕੇ ਉਹ ਪਿੱਛੇ ਮੁੜ ਜਾਂਦਾ, ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੂੰ ਸ਼ੱਕ ਹੁੰਦਾ ਅਤੇ ਸ਼ੱਕ ਦੇ ਆਧਾਰ 'ਤੇ ਇਸ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਉਸ ਸਮੇਂ ਸਾਰਾ ਭੇਤ ਖੁੱਲ੍ਹਦਾ। ਅਮਰਿੰਦਰਜੀਤ ਚੁੱਕੇ ਧਿਆਨ ਨਾਲ, ਇਹਦੇ ਬੜ ਪੁੱਟ ਦੇਣ ਲੱਗੇ ਕਿਤੇ ਕਿੰਨੀ ਵਾਰ ਆਇਆ ਬਾਈ? ਪਹਿਲੀ ਵਾਰ ਮਿਲਦਾ। ਵੈਰੀ ਗੁੱਡ ਹਰਜੀਤ, ਬਹੁਤ ਵਧੀਆ। ਸੁਖਜੀਤ ਬਹੁਤ ਵਧੀਆ ਬਈ।
ਓਕੇ ਨਸ਼ਾ ਤਸਕਰਾਂ ਦੇ ਵੱਲੋਂ ਨਸ਼ਾ ਤਸਕਰੀ ਦੇ ਲਈ ਹੁਣ ਨਵਾਂ ਤਰੀਕਾ ਲੱਭ ਲਿਆ ਗਿਆ। ਦੱਸ ਦਈਏ ਕਿ ਇੱਕ ਹੋਸ਼ ਉਡਾਉਂਦੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਤਸਕਰ ਨੂੰ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਇਸ ਨਸ਼ਾ ਤਸਕਰ ਦੇ ਕੋਲੋਂ 2 ਕਿਲੋ ਅਫੀਮ ਬਰਾਮਦ ਕੀਤੀ ਗਈ ਹੈ ਅਤੇ ਜਦੋਂ ਇਸਦੇ ਕੋਲੋਂ ਤਲਾਸ਼ੀ ਲਈ ਗਈ ਤਾਂ ਕਿਹਾ ਜਾ ਰਿਹਾ ਕਿ ਇਸਨੇ ਆਪਣੀ ਲੱਤਾਂ ਦੇ ਉੱਤੇ ਟੇਪ ਦੀ ਮਦਦ ਦੇ ਨਾਲ 1 ਕਿਲੋ ਅਫੀਮ ਇੱਕ ਲੱਤ 'ਤੇ ਅਤੇ 1 ਕਿਲੋ ਅਫੀਮ ਦੂਸਰੀ ਲੱਤ ਦੇ ਉੱਤੇ ਬੰਨੀ ਹੋਈ ਸੀ। ਕੁੱਲ 2 ਕਿਲੋ ਅਫੀਮ ਇਸਦੇ ਕੋਲੋਂ ਬਰਾਮਦ ਹੋਈ ਹੈ ਅਤੇ ਇਸ ਦੌਰਾਨ ਅਫੀਮ ਨੂੰ ਜਦੋਂ ਲੱਤਾਂ ਤੋਂ ਉਤਾਰਿਆ ਗਿਆ ਤਾਂ ਉਸਦੀ ਵੀ ਵੀਡੀਓ ਹੁਣ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਟੇਪ ਨੂੰ ਜੋ ਲੱਤਾਂ ਦੇ ਉੱਤੇ ਲਪੇਟੀ ਹੋਈ ਸੀ ਕਿਹਾ ਜਾ ਰਿਹਾ ਕਿ ਇਸ ਟੇਪ ਦੇ ਅੰਦਰ 1 ਕਿਲੋ ਅਫੀਮ ਲੁਕੋਈ ਹੋਈ ਸੀ ਇੱਕ ਲੱਤ 'ਤੇ ਅਤੇ ਦੂਸਰੀ 'ਤੇ ਵੀ 1 ਕਿਲੋ ਅਫੀਮ ਲੁਕੋਈ ਹੋਈ ਸੀ ਅਤੇ ਉਸ ਟੇਪ ਨੂੰ ਹੁਣ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕੱਟਿਆ ਗਿਆ ਅਤੇ ਉਸ ਤੋਂ ਬਾਅਦ ਦੇ ਵਿੱਚ ਅਫੀਮ ਨੂੰ ਬਰਾਮਦ ਕੀਤਾ ਗਿਆ। ਤਾਂ ਖਬਰ ਖੰਨਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਸ਼ਖਸ ਬੱਸ ਦੇ ਵਿੱਚੋਂ ਉਤਰਦਾ, ਸਾਹਮਣੇ ਹੀ ਪੁਲਿਸ ਦਾ ਨਾਕਾ ਹੁੰਦਾ ਅਤੇ ਪੁਲਿਸ ਦੇ ਨਾਕੇ ਨੂੰ ਦੇਖ ਕੇ ਉਹ ਪਿੱਛੇ ਮੁੜ ਜਾਂਦਾ, ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੂੰ ਸ਼ੱਕ ਹੁੰਦਾ ਅਤੇ ਸ਼ੱਕ ਦੇ ਆਧਾਰ 'ਤੇ ਇਸ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਉਸ ਸਮੇਂ ਸਾਰਾ ਭੇਤ ਖੁੱਲ੍ਹਦਾ।